ਕੋ तकरीबन 72 ਸਾਲ ਹੋ ਗਏ ਆ ਤੇ ਜੋ ਅਸੀਂ ਖੇਤੀ ਦਾ ਵੇਖ ਰਹੇ ਆ ਸੰਕਟ ਉਹ ਲਗਾਤਾਰ ਵੱਧ ਰਿਹਾ ਵਾ 60 65 ਦੇ 70 ਦੇ ਵਿੱਚ ਜਿੱਥੇ ਖੇਤੀ ਦੇ ਵਿੱਚੋਂ 65% ਤੱਕ ਜਿਹੜਾ ਜੀਡੀਪੀ ਦਾ ਹਿੱਸਾ ਹੁੰਦਾ ਸੀਗਾ ਹੁਣ ਬਹੁਤ ਘਟ ਗਿਆ ਵਾ ਜਿਹੜੇ ਬਜਟ ਦੇ ਜੋ ਕੁਝ ਅਸੀਂ ਸੁਣ ਰਹੇ ਜਾਂ ਵੇਖਿਆ ਜੋ ਕੁਝ ਬਜਟ ਵਿਚਾਰ ਰਿਹਾ ਵਾ ਸਭ ਤੋਂ ਵੱਜੋ ਖੇਤੀ ਸੈਕਟਰ ਵਾਸਤੇ ਸਭ ਤੋਂ ਜ਼ਰੂਰੀ ਪਾਣੀ ਹੁੰਦਾ ਵਾ ਤੇ ਅੱਜ ਵੀ 70 ਤੋਂ 80% ਦੇਸ਼ ਦਾ ਕਿਸਾਨ ਮਾਨਸੂਨ ਤੇ ਡਿਪੈਂਡ ਹੈ ਅੱਜ ਜਿਹੜਾ ਬਜਟ ਪੇਸ਼ ਹੋਇਆ ਵਾ ਉਹਦੇ ਵਿੱਚ ਜਿਹੜਾ ਖੇਤੀ ਵਾਸਤੇ ਜਲ ਕਿੱਥੋਂ ਪਾਣੀ ਕਿੱਥੋਂ ਆਉਣਾ ਉਹਦੀ ਕੋਈ ਤਸਵੀਜ ਨਹੀਂ ਹੈਗੀ 72 ਸਾਲਾਂ ਚ ਅਸੀਂ ਖੇਤੀ ਵਾਸਤੇ ਪਾਣੀ ਦਾ ਕੋਈ ਸਬਦਾਨਾ ਕਰ ਸਕਦੇ ਤੇ ਗਾਂ ਵੀ ਕੋਈ ਯੋਜਨਾ ਨਹੀਂ ਹੈਗੀ ਵੀ ਪਾਣੀ ਕਿੱਥੋਂ ਆਉਣਾ ਜਾਂ ਅਸੀਂ ਡੈਮ ਬਣਾਵਾਂਗੇ ਜਾਂ ਅਸੀਂ ਤਲਾਹ ਖੋਦਾਂਗੇ ਜਾਂ ਝੀਲਾਂ ਵੀ ਸਟੋਰੇਜ ਪਾਣੀ ਕਿੱਥੋਂ ਕਰਾਂਗੇ ਲੋਕਾਂ ਨੂੰ ਆਮ ਲੋਕਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਦੇਸ਼ ਦੇ ਕੋਈ ਹਿੱਸੇ ਸੋਕੇ ਦੀ ਮਾਰ ਹਟਿਆ ਦੂਜਾ ਸੈਕਟਰ ਹੈਗਾ ਸਾਡਾ ਵੀ ਖੇਤੀ ਜਿਹੜੀ ਆ ਉਹ ਕੁਦਰਤੀ ਮਾਰ ਹਟ ਬਹੁਤ ਆ ਰਹੀ ਆ ਕਿ ਬਰਸਾਤ ਨਾਲ ਖੇਤੀ ਮਰ ਜਾਂਦੀ ਆ ਹੜਾ ਨਾਲ ਮਰ ਜਾਂਦੀ ਆ ਗੜੇਮਾਰੀ ਹੁੰਦੀ ਆ ਉਹਦੇ ਵਾਸਤੇ ਫਸਲੀ ਬੀਮਾ ਯੋਜਨਾ ਲੈਂਦੀ ਗਈ ਪਰ ਉਹ ਅਜੇ ਤੱਕ ਪੰਜਾਬ ਵਿੱਚ ਵੈਸੇ ਲਾਗੂ ਕਿਉਂਕਿ ਫਸਲੀ ਬੀਮਾ ਯੋਜਨਾ ਪ੍ਰਾਈਵੇਟ ਕੰਪਨੀਆਂ ਲਈ ਜਿਹੜੀ ਆ ਮੁਨਾਫੇਮੰਦਾ ਸ਼ਬਦਾ ਹੋ ਰਹੀ ਆ ਕਿਸਾਨਾਂ ਨੂੰ ਕਦੀ ਲਾਹਾ ਨਹੀਂ ਮਿਲ ਰਿਹਾ ਤੇ ਜੋ ਅਸੀਂ ਅੱਜ ਵਾਲੇ ਬਜਟ ਦੇ ਵੇਖਿਆ ਵਾ ਉਹਦੇ ਵਿੱਚ ਕਿਹਾ ਗਿਆ ਵੀ ਵਿਦੇਸ਼ੀ ਕੰਪਨੀਆਂ ਦਾ ਨਿਵੇਸ਼ ਵੀ ਇਹ ਫਸਲੀ ਬੀਮਾ ਯੋਜਨਾ ਜੋ ਇਹਦਾ ਮਤਲਬ ਕਾਰਪੋਰੇਟ ਘਰਾਣਿਆਂ ਹਵਾਲੇ ਫਿਰ ਇਹ ਯੋਜਨਾ ਕੀਤੀ ਜਾ ਰਹੀ ਆ ਜਦਕਿ ਸਾਡੀ ਮੰਗ ਇਹ ਰਹੀ ਆ ਵੀ ਸਰਕਾਰ ਖੁਦ ਕਿਸਾਨ ਕੋਲੇ 100 200 500 ਦਾ ਪ੍ਰੀਮੀਅਮ ਲਏ ਤੇ ਖੁਦ ਫਸਲੀ ਬੀਮਾ ਚੋ ਜਨਾ ਖੁਦ ਕਰੇ ਉਹਦੇ ਵਿੱਚ ਉਹਦੇ ਵਿੱਚ ਜਿਹੜੀ ਲੁੱਟ ਨਹੀਂ ਹੋਊਗੀ ਕਿਸਾਨਾਂ ਦੀ ਇਹ ਵੀ ਅੱਜ ਦੇ ਬੜਾ ਦੂਜਾ ਕਿਸਾਨਾਂ ਦਾ ਤਕਰੀਬਨ 12 ਲੱਖ 13 ਲੱਖ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵਾ ਦੇਸ਼ ਦਾ ਉਹਦੇ ਤੇ ਕੋਈ ਗੱਲ ਹੀ ਨਹੀਂ ਕੀਤੀ ਗਈ ਇਹਦੇ ਤੇ ਪਹਿਲਾਂ ਤਾਂ ਬਹੁਤ ਆਸਾਂ ਸੀਗੀਆਂ ਪਰ ਆਸਾਂ ਦੇ ਉਲਟ ਜੋ ਉਹਦੇ ਵਿੱਚ ਵੇਖਣ ਨੂੰ ਮਿਲਿਆ ਕਿਸਾਨਾਂ ਵਾਸਤੇ ਕੋਈ ਵੀ ਉਹਦੇ ਵਿੱਚ ਕੋਈ ਰਾਹਤ ਵਾਲੀ ਗੱਲ ਨਹੀਂ ਆਈ ਸਿਰਫ ਤੇ ਸਿਰਫ ਐਵੇਂ ਨਿੱਕੀਆਂ-ਮੋਟੀਆਂ ਗੱਲਾਂ ਕਰਕੇ ਸਗੋਂ ਕਿਸਾਨਾਂ ਦੀ ਖੇਤੀ ਦੇ ਵਿੱਚ ਜਿਹੜਾ ਵਾ ਕੰਪਨੀਆਂ ਦਾ ਨਿਵੇਸ਼ ਕਰਨ ਵਾਸਤੇ ਜਿਹੜਾ ਵਾ ਉਹਨਾਂ ਨੂੰ ਸੱਦਾ ਦਿੱਤਾ ਵਾ ਕਿ ਉਹਨਾਂ ਦਾ ਕਰਾ ਸੱਦਾ ਦੇ ਕੇ ਤੇ ਉਹਨਾਂ ਨੂੰ ਨਿਵੇਸ਼ ਕਰਾਂਗੇ ਜਿਹਦੇ ਨਾਲ ਜਿਹੜਾ ਵਾ ਖੇਤੀ ਪਹਿਲਾਂ ਹੀ ਘਾਟੇਵੰਦਾ ਸੌਦਾ ਬਣ ਚੁੱਕੀ ਤੇ ਹੋਰ ਜਿਹੜਾ ਨੁਕਸਾਨਦਾਇਕ ਹੋਊਗੀ ਕਿਸਾਨਾਂ ਵਾਸਤੇ ਇਹ ਮੌਤ ਦੇ ਵਾਰੰਟਾ ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ਾਈ ਹੋਇਆ ਵਾ ਕਰ ਜੇ ਹੇਟ ਨੇ ਪੀੜਿਆ ਪਿਆ ਵਾ ਤੇ ਚਾਹੀਦਾ ਤੇ ਸਰਕਾਰ ਨੇ ਜਿਵੇਂ ਚੋਣਾਂ 'ਚ ਵਾਅਦਾ ਕੀਤਾ ਉਹਦੇ ਮੁਤਾਬਕ ਜਿਹੜਾ ਵਾ ਇਹ ਖੇਤੀ ਵਾਸਤੇ ਵੱਖਰਾ ਬਜਟ ਕਰ ਦੇ ਪੇਸ਼ ਤੇ ਵੱਖਰਾ ਬਜਟ ਕਰ ਦੇ ਕਿਸਾਨਾਂ ਨੂੰ ਤਾ ਚੁੱਕਣ ਵਾਸਤੇ ਕੋਈ ਵੱਖਰਾ ਕਰ ਦੇ ਤੇ ਉਹ ਕੀਤਾ ਨਹੀਂ ਆ ਲੇਕਿਨ ਨਗੂਣਾ ਵਾਅਦਾ ਕਰਕੇ ਫਸਲਾਂ ਦੇ ਵਿੱਚ ਉਹ ਵੀ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਵਾ ਇਹਦੇ ਵਿੱਚ ਕਹਿਣਾ ਕਿ ਚੋਣਾਂ 'ਚ ਕੁਝ ਵੀ ਨਹੀਂ ਇਹਦੇ ਵਿੱਚ ਨਿਕਲਿਆ ਅਸੀਂ ਟੀਵੀ ਦੇ ਉੱਤੇ ਬੈਠ ਕੇ ਵੇਖਦੇ ਆਏ ਆ ਉਹਦੇ ਵਿੱਚ ਕਿਸਾਨਾਂ ਵਾਸਤੇ ਕੋਈ ਗੱਲਬਾਤ ਨਹੀਂ ਕੀਤੀ ਗਈ ਕੋਈ ਮਜ਼ਦੂਰਾਂ ਵਾਸਤੇ ਨਹੀਂ ਕੀਤੀ ਗਈ ਜੋ ਕੁਝ ਐ ਸਾਰਾ ਉਹ ਦੇਸ ਇਨਵੈਸਟ ਜਿਹੜੇ ਉਹਨਾਂ ਨੂੰ ਕੰਪਨੀਆਂ ਨੂੰ ਸੱਦਾ ਦੇ ਰਹੇ ਆ ਇਹਦਾ ਕਰਕੇ ਜਿਹੜਾ ਸੁਆਮੀਨਾਥੀ ਦੀ ਰਿਪੋਰਟ ਜਿਹੜੀ ਸਭ ਤੋਂ ਪਹਿਲਾਂ ਲਾਗੂ ਹੋਣੀ ਚਾਹੀਦੀ ਆ ਉਹਦੇ ਵਿੱਚ ਜਿਹੜਾ ਸੀ ਇਹ ਮੋਦੀ ਉਹਨਾਂ ਨੇ ਪਹਿਲਾਂ ਵੀ ਵਾਅਦੇ ਕੀਤੇ ਸੀ ਹੁਣ ਵੀ ਕੀਤੇ ਸੀ ਉਹਦੇ ਨਾਲ ਕਿਸਾਨਾਂ ਮਜ਼ਦੂਰਾਂ ਨੂੰ ਥੋੜਾ ਜਿਹਾ ਰਾਹਤ ਮਿਲ ਸਕਦੀ ਸੀ ਪਰ ਉਸ ਚੀਜ਼ ਦੇ ਉੱਤੇ ਕਿਸੇ ਨੇ ਕੋਈ ਨਹੀਂ ਬੋਲਿਆ ਇਸ ਕਰਕੇ ਕਿਸਾਨਾਂ ਦੀ ਜਿਹੜੀ ਉਹ ਮਾੜੀ ਹਾਲਤ ਹੁੰਦੀ ਜਾ ਰਹੀ ਆ ਨਾ ਇੱਥੇ ਕੋਈ ਸੋਚਦਾ ਨਾ ਗਾੜੀ ਕੋਈ ਸੋਚੂਗਾ ਨਾ ਸਾਨੂੰ ਇਸ ਬੈਠ ਤੋਂ ਕੋਈ ਈ ਈ ਆਸਰ ਨਾ ਗਾੜੀ ਇਹਨਾਂ ਨੇ ਕਰਨਾ ਸਮਝਦਾ ਕੰਪਨੀਆਂ ਵਾਲੇ ਦੇ ਨਾਲ ਤੁਹਾਨੂੰ ਘਾਟਾ ਪੈ ਰਿਹਾ ਸਾਨੂੰ ਬਹੁਤ ਜ਼ਿਆਦਾ ਘਾਟਾ ਪਊਗਾ ਜੀ ਅੱਗੇ ਵੀ ਸਾਨੂੰ ਕੰਪਨੀਆਂ ਲੁੱਟ ਕੇ ਖਾ ਰਹੀਆਂ ਅੱਜ ਵੇਖੋ ਜਿਹੜੀਆਂ ਦਵਾਈਆਂ ਸੀ ਸਾਡੀ ਜਿੰਸ ਦਾ ਭਾਅ ਕੋਈ ਨਹੀਂ ਬਣਿਆ ਤੇ ਦਵਾਈਆਂ ਵਾਲੀਆਂ ਕੰਪਨੀਆਂ ਜਿਹੜੀਆਂ ਉਹਨਾਂ ਦੇ ਦੁਗੜਾ ਦੁਗੜਾ ਰੇਟ ਹੋ ਗਿਆ ਜੀ ਇਸ ਕਰਕੇ ਸਾਨੂੰ ਕਿਸਾਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਊਗਾ ਵੇਖੋ ਰਿਪੋਰਟ ਆਵਾਜ਼ੀ ਕੌਮ ਟੀਵੀ